ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ? ਸਾਡਾ ਬਾਈ ਪੂਰਾ ਖੁਸ਼। ਨਰਮੇ ਨੂੰ ਅਸੀਂ ਸਪਰੇ ਸੋਰੀ ਸਪਰੇ ਵੀ ਕਰਾਂਗੇ ਤੇ ਪਹਿਲੇ ਦਿਨ ਅਸੀਂ ਖਾਦ ਪਾਉਣ ਚੱਲੇ ਆ। ਜਿਹੜਾ ਕੰਮ ਕਿੰਨੇ ਦਿਨ ਚ ਕਰਦਾ, ਕਿੰਨੇ ਘੰਟਿਆਂ ਚ ਕਰਦਾ ਸੀ ਤੂੰ? ਦੋ ਦਿਨ ਲੱਗ ਜਾਂਦੇ ਸੀ ਖਾਦ ਪਾਉਣ ਲੱਗਿਆ। ਖਾਦ ਦਾ ਫੜਾਈ ਹੋ ਰਮ? ਅੱਛਾ, ਤੇ ਸਾਡਾ ਖਾਦ ਦਾ ਦੂਜਾ ਆ ਦੇਖੋ, ਖਾਦ ਘਰੋਂ ਹੀ ਅਸੀਂ ਲੋਡ ਕਰ ਲਈ ਆ। ਤਿੰਨ ਗੱਟੇ, 3 ਕਿੱਲੇ ਸਾਡੇ ਕੋਲ ਨਰਮਾ। ਇੱਧਰ ਦੇਖੋ ਲੋਡੀਆਂ ਪਾਉਂਦਾ ਕਿਵੇਂ, ਤੇ ਕਿਵੇਂ ਖੁਸ਼ ਆ ਪੂਰਾ, ਫੁੱਲ ਨਜ਼ਾਰੇ ਆ। ਤੇ ਨਾਲੇ ਸਪਰੇ ਵੀ ਕੱਢਣੀ ਆ। ਯੂਰੀਆ ਦਾ ਅਸੀਂ ਭਰ ਲਿਆ ਤੇ ਆਜੂਗਾ ਆਜੂਗਾ ਆਜੂਗਾ, ਐ ਆਊਗਾ, ਬਸ ਇਹਦੇ ਚ ਫਸੂਗੀ ਇੱਕ ਚੀਜ਼। ਤੇ ਅਸੀਂ ਜਾ ਰਹੇ ਅੱਜ ਤੇ ਤੁਹਾਨੂੰ ਜਾ ਕੇ ਦੱਸਦੇ ਆ ਵੀ ਕਿੰਨੇ ਮਿੰਟਾਂ ਦੇ ਵਿੱਚ ਅਸੀਂ 2.5 ਕਿੱਲਿਆਂ ਦੀ ਖਾਦ ਪਾਉਣੀ ਆ, ਫਿਰ 2.5 ਕਿੱਲੇ 2.5-3 ਕਿੱਲੇ ਸਾਡਾ ਨਰਮਾ, ਉਹਦੇ 'ਚ ਸਪਰੇ ਕੱਢਣੀ ਆ। ਤੇ ਘਰ ਦੇ ਸੰਦਾ ਤਾਂ ਮੈਂ ਕਹਿੰਦਾ ਵੀ ਨਜ਼ਾਰਾ ਹੀ ਵੱਖਰਾ। ਅੱਜ ਖਾਦ ਪਾਉਣ ਚੱਲੇ ਆ ਨਰਮੇ ਵਾਲੇ ਖੇਤ, ਪਹਿਲੇ ਦਿਨ ਲੈ ਕੇ ਚੱਲੇ ਆ। ਗੇਟ ਖੋਲੋ, ਪਵਨ ਦਾ ਵੀ ਜੀ ਕਰਦਾ ਵੀ ਆ ਰਹੀ, ਤੇਰਾ ਵੀ ਜੀ ਕਰਦਾ ਆਉਣ ਨੂੰ। ਮੈਂ ਕਹਿੰਦਾ ਸਵਰਗਾਂ ਚ ਪੈ ਗਏ ਜਿੱਦਾਂ ਦੇ। ਆਇਆ ਕੈਲੰਡਰ, ਬਸ ਪਿੰਡ ਜਾ ਰਹੇ ਹਾਂ ਅਸੀਂ। ਪਿੰਡ ਆਉਣ ਵਾਲਾ ਉਸ ਤੋਂ ਬਾਅਦ ਸਾਡਾ ਦੂਜਾ ਖੇਤ ਹੈ ਨਰਮੇ ਵਾਲਾ, ਮੈਂ ਤੁਹਾਨੂੰ ਅੱਜ ਉਹ ਦਿਖਾਉਣੇ ਆ। ਲਓ ਜੀ, ਆਪਾਂ ਪਹੁੰਚ ਚੁੱਕੇ ਹਾਂ ਖੇਤ, ਤੇ ਕੁਲਵਿੰਦਰ ਸਿੰਘ ਆਪਣਾ ਖੋਲ ਰਿਹਾ ਗੇਟ, ਤੇ ਪਾਣੀ ਲੱਗਿਆ ਹੋਇਆ ਨਰਮੇ ਦੇ ਵਿੱਚ। ਆ ਤੁਸੀਂ ਦੇਖੋ, ਆਪਾਂ ਬੋਮ ਨੂੰ ਆਪਾਂ ਵਿੱਚ ਉਤਾਰ ਲਿਆ। ਆਹ ਸਾਡੇ ਖਾਦ ਪਈ ਹੈ ਪਿੱਛੇ, ਤੇ ਉਹ ਸਾਹਮਣੇ ਗੇਟ ਬੰਦ ਹੋ ਰਿਹਾ। ਦੇਖੋ ਕਿੰਨਾ ਸੋਕ, ਮੋਟਰ ਚੱਲੀ ਜਾਂਦੀ ਹੈ, ਚੱਲੀ ਜਾਂਦੀ ਹੈ। ਆਹ ਦੇਖੋ ਤੁਸੀਂ ਖਾਦ ਆ ਰਹੇ ਨੇ, ਹਿਸਾਬ ਨਾਲ ਛੱਡ ਆਪਦੇ। ਆਹ ਨਰਮਾ ਆਪਣਾ ਹਾਲੇ ਤੱਕ ਫਿਲਹਾਲ ਕੰਡੀਸ਼ਨ 'ਚ ਠੀਕ ਖੜਾ ਹੈ, ਤੁਸੀਂ ਦੇਖੋ। ਥੱਲੇ ਦਾ ਇੱਕ ਆ ਛੋਟਾ ਜਿਹਾ ਪ੍ਰੋਸੈਸ, ਕਿਵੇਂ ਇੱਥੇ ਤਾਂ ਗੇਅਰ ਲਾਉਣਾ ਪੈਂਦਾ। ਇੱਧਰ ਮਾਰੂਗੀ ਪੂਰੀ, ਚਲ ਆਪਾਂ ਬੈਕ ਕਰ ਲੈਣੇ, ਗੇਅਰ ਲਾ ਲਈਏ। ਖੇਤ ਆ ਗਏ ਅਸੀਂ, ਪਹੁੰਚ ਚੁੱਕੇ ਹਾਂ। ਕਿਵੇਂ ਅਮਲੀਆ, ਖੁਸ਼ ਆ ਪੂਰਾ? ਵੇਖੋ ਕਿਵੇਂ, ਜਿਵੇਂ ਕੰਬਾਈਨ ਦਾ ਫੋਰਮੈਨ ਨੀ ਹੱਥ ਮਾਰਦਾ ਹੁੰਦਾ। ਆ ਨਰਮਾ ਜੀ ਸਾਡਾ, ਦੇਖੋ ਤੁਸੀਂ ਨਰਮੇ ਜੇ ਇੱਕ ਗੋੜਾ ਵੀ ਗੰਦ ਕਦੇ ਕੱਢਿਆ ਤੂੰ ਦੱਸ ਦੇ। ਸਪਰੇ ਮਾਰੀ ਸੀ, ਦੇਖੋ ਤੁਸੀਂ ਗੰਦ ਨਜ਼ਾਰੇ ਵਾਲਾ, ਮੈਂ ਕਹਿੰਦਾ ਸਵਾਦ ਹੀ ਆਇਆ ਕਰ। ਆ ਛੁੱਟੀਆਂ ਦੌਲੇ ਬਣ ਜਾਣਗੇ ਹੁਣ ਤੇਰੇ, ਨਹੀਂ ਤਾਂ ਕਾਨੇ ਤਰ੍ਹਾਂ ਬਣ ਜਾਣੇ। ਚੱਲ ਗੇਅਰ ਲਾ ਥੱਲੇ, ਆ ਗੇਅਰ ਇਹਦਾ ਥੱਲੇ, ਉਹਨੂੰ ਘੁਮਾਉਣਾ ਪੈਣਾ ਬੰਦਾ। ਹਾਂ ਬਸ ਆ ਲੱਗ ਗਿਆ ਜੀ ਗੇਅਰ, ਇੰਨਾ ਕੰਮ ਆ। ਹੁਣ ਤੂੰ ਆਰਾਮ ਨਾਲ ਉੱਤੇ ਬਹਿ ਜਾ, ਬੈਕ ਕਰਦਾ ਮੈਂ ਤੇ ਆ ਸਾਡੀ ਖਾਦ ਪੈ ਰਹੀ ਹੈ ਪਿੱਛੇ। ਆ ਦਿਖਾ ਦੇ ਮਾੜਾ ਜਿਹਾ, ਮੈਂ ਕਹਿੰਦਾ ਵੀ ਪੂਰੇ ਘੈਂਟ ਗੱਲਬਾਤ ਆ। ਆਨੰਦ ਆ ਗਿਆ ਅਮਲੇ, ਆਨੰਦ ਪੰਜ ਮਿੰਟਾਂ ਦੇ ਵਿੱਚ ਸਾਡੀ ਖਾਦ ਪੈ ਚੁੱਕੀ ਆ।
5 ਮਿੰਟਾਂ ਦੇ ਵਿੱਚ ਪੂਰੀ ਖਾਦ ਪੈ ਗਈ ਸਾਡੇ 2.5 ਕਿੱਲਿਆਂ ਦੇ ਵਿੱਚ ਤੇ ਮੈਂ ਕਹਿੰਦਾ ਤੇ ਫੀਲਿੰਗ ਹੀ ਕੁਝ ਅਲੱਗ ਆ ਤੇ ਕੁਝ ਗਿੱਲਾ ਸੀ ਕੁਝ ਸੁੱਕਾ ਸੀਗਾ ਸਾਡਾ ਬਾਣ ਮੇਰਾ ਲੱਗ ਗਿਆ ਕਹਿੰਦਾ ਤੇ ਘੈਣ ਗੱਲਬਾਤ ਹੋ ਗਈ ਪੂਰੀ ਤੇ ਜੇ ਤੁਹਾਨੂੰ ਸਾਡੇ ਵਧੀਆ ਲੱਗਿਆ ਫੋਮ ਤਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਕਿੰਨੇ ਮਿੰਟ 'ਚ ਖਾਲੀ ਹੋ ਗਿਆ 2-4 ਮਿੰਟਾਂ 'ਚ ਖਾਲੀ ਹੋ ਗਿਆ ਚੱਕ ਲਾ ਬਾਹਰ ਕੱਢ ਲਾ ਫਾਈਨਲੀ ਖਾਦ ਪਾ ਕੇ ਅਸੀਂ ਫ੍ਰੀ ਹੋ ਚੁੱਕੇ ਹਾਂ ਬਿਲਕੁਲ ਤੇ ਹੁਣ ਤੁਹਾਨੂੰ ਦਿਖਾਉਣੇ ਆ ਸਾਡੇ ਨਾਸ਼ਪਤੀਆਂ ਦਾ ਬਾਗ ਤੇ ਅਮਰੂਦ ਵੀ ਵਿੱਚ ਮਿਕਸ ਆਹ ਦੋਸਤੋ ਆਪਣਾ ਇੱਕ ਇੱਕ ਬੂਟਾ ਅਮਰੂਦਾਂ ਦਾ ਲੱਗਿਆ ਦੇਖੋ ਕਿੰਨਾ ਫਰੂਟ ਆ ਛੋਟੇ ਬੂਟਿਆਂ ਨੂੰ ਹਾਲੇ 2 ਸਾਲਾਂ ਦਾ ਬਾਗ ਫਿਰ ਇੱਕ ਇੱਕ ਬੂਟਾ ਵਿੱਚ ਨਾਸ਼ਪਤੀਆਂ ਦਾ ਆਹ ਦੇਖੋ ਨਾਖਾਂ ਦੇ ਬੂਟੇ ਆਹ ਲੱਗੇ ਵਿੱਚ ਆਹ ਦੇਖੋ ਤੁਸੀਂ ਫਿਰ ਅਮਰੂਦ ਆ ਗਏ ਟੋਟਲੀ ਅਮਰੂਦ ਨੂੰ ਵਾਧੂ ਫਲ ਲਾ ਇੱਧਰ ਦੇਖੋ ਤੁਸੀਂ ਤੇ ਬਾਕੀ ਦੋਸਤੋ ਤੁਹਾਡੇ ਸਾਥ ਤੇ ਤੁਹਾਡੇ ਪਿਆਰ ਦੀ ਬਹੁਤ ਜ਼ਰੂਰਤ ਆ ਦੇਖੋ ਤੁਸੀਂ ਪੂਰੀ ਘੈਂਟ ਗੱਲਬਾਤ ਆ ਪਾਏ ਹੋਰ 5-7 ਮਿੰਟਾਂ ਚ ਅੱਛਾ ਆਉਣ ਜਾਂਦੇ ਇਹਦਾ ਟਾਈਮ ਲੱਗਿਆ ਹਾਂ ਮੈਂ ਵੀ ਸੋਚੀ ਆ ਨਹੀਂ ਮੈਂ ਕਿਹਾ ਜਲਦੀ ਆ ਗਏ ਇੰਨੀ ਛੇਤੀ ਆ ਗਏ ਮਤਲਬ ਕਿ ਜਿੱਦਾਂ ਦੇ ਕੱਪੜੇ ਪਾਏ ਸੀ ਉਦਾਂ ਦੇ ਹੀ ਆ ਨਹੀਂ ਤਾਂ ਖਾਦ ਉਹ ਟਰੈਕਟਰ ਤੇ ਪਹੁੰਚ ਜਾਂਦੇ ਆ ਪਹਿਲਾਂ ਝੋਲੀਆਂ ਦੇ ਪਾਉਣੀ ਸੀ ਜਾਂ ਕਰਨੀ ਸੀ ਕਿੰਨਾ ਸੁੱਖ ਬਣ ਗਿਆ ਸੀ ਨਾਲੇ ਆਪਾਂ ਨੂੰ ਅਲੱਗ ਤੋਂ ਟਰੈਕਟਰ ਟਰਾਲੀ ਲੈ ਕੇ ਜਾਣਾ ਪੈਂਦਾ ਜਦੋਂ ਆਪਾਂ ਖੇਤ ਹਨਾ ਖਾਦ ਲੈ ਕੇ ਜਾਂਦੇ ਆ ਤਾਂ ਤੁਸੀਂ ਇੱਥੋਂ ਹੀ ਪਾ ਕੇ ਲੈ ਗਏ 2 ਬੰਦੇ ਜਾਣੇ ਪੈਂਦੇ ਨਾਲ ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ ਹਾਂਜੀ ਥੈਂਕ ਯੂ ਸੋ ਮੱਚ ਜੀ